ਇਕੱਤਰ ਹੋ ਕੇ ਇਹ ਜਥਾ ਚੱਲਿਆ ਹੈ। ਦੂਸਰੇ ਪਾਸੇ ਪਤਾ ਕੀਤਾ ਕਿ ਕਲਗੀਧਰ ਪਾਤਸ਼ਾਹ ਜੀ ਕਿੱਥੇ ਹਨ। ਉਸ ਵਕਤ ਸਰਸਾ ਦੇ ਕੰਢੇ ਤੇ ਸਾਰਾ ਪਰਿਵਾਰ ਵਿਛੜ ਗਿਆ। ਸਰਸਾ ਦੇ ਕੰਢੇ ਤੇ ਯੁੱਧ ਹੋਇਆ ਹੈ, ਉਸ ਤੋਂ ਬਾਅਦ ਚਮਕੌਰ ਸਾਹਿਬ ਦੇ ਵਿੱਚ ਯੁੱਧ ਹੋਇਆ ਹੈ। ਸਤਿਗੁਰੂ ਮਾਛੀਵਾੜੇ ਦੇ ਜੰਗਲਾਂ 'ਚ ਹੁੰਦੇ ਹੋਏ ਉਹਨਾਂ ਦੇ ਨਾਲ ਕੁਝ ਸਿੰਘ ਸਨ, ਉਹ ਜਾਂਦੇ ਜਾਂਦੇ ਟਾਹਲੀ ਸਾਹਿਬ ਤੋਂ ਹੁੰਦੇ ਹੋਏ ਮਾਲਵੇ ਦੀ ਧਰਤੀ ਦੇ ਉੱਤੇ ਗੁਰੂ ਮਹਾਰਾਜ ਜੀ ਕੋਟਕਪੂਰੇ ਪਹੁੰਚੇ ਨੇ। ਕੋਟਕਪੂਰੇ ਉਹਨਾਂ ਦਾ ਇੱਕ ਸਿੱਖ ਜਿਸਨੂੰ ਕਪੂਰਾ ਕਹਿੰਦੇ ਸਨ, ਸ਼ਰਧਾਲੂ ਸੀ, ਉਸਨੂੰ ਆਖਿਆ ਕਿ ਸਾਨੂੰ ਕੁਝ ਬਾਦਲ ਚਾਹੀਦੀ ਹੈ ਕਿ ਹਵੇਲੀ ਦੇ ਵਿੱਚ ਅਸੀਂ ਮੁਗਲਾਂ ਦਾ ਮੁਕਾਬਲਾ ਕਰ ਸਕੀਏ। ਪਰ ਉਹ ਡਰ ਗਿਆ ਕਿ ਮੈਂ ਇਸ ਵਕਤ ਇੱਥੇ ਦਾ ਸੂਬੇਦਾਰ ਹਾਂ, ਮੇਰੇ ਨਾਲ ਧੱਕਾ ਹੋਵੇਗਾ। ਉਹ ਕਹਿੰਦਾ ਮੈਂ ਇਹ ਸੇਵਾ ਨਹੀਂ ਕਰ ਸਕਦਾ, ਮੁੱਕਰ ਹੀ ਗਿਆ। ਉਸਨੇ ਵੀ ਸਾਥ ਛੱਡ ਦਿੱਤਾ। ਗੁਰੂ ਮਹਾਰਾਜ ਜੀ ਨੇ ਕਿਹਾ ਵੀ ਸਾਨੂੰ ਇਹ ਦੱਸੋ ਵੀ ਇੱਥੇ ਪਾਣੀ ਕਿੱਧਰ ਨੂੰ ਹੋਵੇਗਾ। ਖਦਰਾਣੇ ਦੀ ਢਾਬ ਵੱਲ ਉਹਨੇ ਦੱਸਿਆ। ਗੁਰੂ ਮਹਾਰਾਜ ਜੀ ਰਮਿਆਣੇ ਦੇ ਲਾਗੇ ਪਹੁੰਚੇ, ਉੱਥੇ ਮਹਾਂ ਸਿੰਘ ਦਾ ਜਥਾ ਗੁਰੂ ਸਾਹਿਬ ਨੂੰ ਮਿਲਿਆ। ਕਹਿੰਦੇ ਰਮਿਆਣੇ ਪਿੰਡੋਂ ਜਦੋਂ ਤੁਰੇ ਦਸ਼ਮੇਸ਼ ਪਿਤਾ, ਮਹਾਂ ਸਿੰਘ ਦਾ ਵਾਲਾ ਜਥਾ ਪਹੁੰਚ ਗਿਆ। ਆਏ ਕੇ ਸਾਰੇ ਬਾਜਾ ਵਾਲੇ ਜੀ ਦੇ ਚਰਨਾਂ ਤੇ ਆਣ ਡਿੱਠੇ, ਮੰਗਦੇ ਨੇ ਮਾਫ਼ੀ, ਗਲ ਪੱਲਾ ਪਾਏ ਕੇ ਮੰਜੂਆਂ ਦੇ ਨਾਲ ਧੋਤੇ ਪੈਰ ਮਹਾਰਾਜ ਜੀ ਦੇ, ਮੋਤੀਆਂ ਦੇ ਢੋਏ ਰੱਖੇ ਪਿਆਰ ਅੱਗੇ ਆਏ ਕੇ ਸੀਤਲ ਜੀ ਆਏ ਸੀ ਲਾਹੌਰੋਂ ਸਮਝਾਉਣ ਲਈ। ਕਹਿੰਦੇ ਸੁਣੋ ਗੁਰੂ ਜੀ, ਅੱਜ ਚਿਤਲ ਆਏ ਕੇ ਜਦੋਂ ਮਹਾਂ ਸਿੰਘ ਦਾ ਜਥਾ ਚੱਲਿਆ ਨਾ ਲਾਹੌਰ ਤੋਂ, ਕੁਝ ਜਿਹੜੇ ਸੰਦ ਧੜੇ ਦੇ ਬੰਦੇ ਜਾਂ ਕਹਿੰਦੇ ਸੀ ਕਿ ਅਸੀਂ ਗੁਰੂ ਜੀ ਨਾਲ ਸਾਂਝੀ ਸਾਂਝ ਪਾ ਕੇ ਸਮਝੌਤਾ ਕਰਾਵਾਂਗੇ, ਅਤੇ ਜੇ ਮਹਾਂ ਸਿੰਘ ਦਾ ਜਥਾ ਬਖਸ਼ਿਆ ਗਿਆ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ। ਉਹ ਵੀ ਨਾਲ ਤੁਰ ਪਏ। ਇਹ ਰਮਿਆਣੇ ਦੇ ਕੋਲ ਜਾ ਕੇ ਗੁਰੂ ਮਹਾਰਾਜ ਜੀ ਨੂੰ ਮਿਲੇ ਨੇ। ਉੱਥੇ ਜਾ ਕੇ ਕਹਿਣ ਲੱਗੇ, ਮਹਾਰਾਜ ਸਾਤੋਂ ਗਲਤੀ ਹੋ ਗਈ, ਸਾਨੂੰ ਬਖਸ਼ ਦਿਓ, ਅਸੀਂ ਤੁਹਾਡੇ ਨਾਲ ਹਾਂ, ਸਾਨੂੰ ਸੇਵਾ ਦੱਸੋ। ਗੁਰੂ ਮਹਾਰਾਜ ਜੀ ਨੇ ਆਖਿਆ ਸੇਵਾ ਬੜੀ ਹੈ। ਅਤੇ ਇਹਨਾਂ ਨੇ ਦੂਜੇ ਮਸੰਦ ਧੜੇ ਦੇ ਆਦਮੀ ਸੀ, ਉਹਨਾਂ ਨੇ ਗਲ ਵਿੱਚ ਪੱਲਾ ਪਾ ਕੇ ਅਰਜ਼ ਕੀਤੀ, ਮਹਾਰਾਜ ਤੁਸੀਂ ਦੇਖੋ ਕਿੰਨਾ ਨੁਕਸਾਨ ਹੋ ਚੁੱਕਾ ਹੈ, ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਮਾਤਾ ਜੀ ਸ਼ਹੀਦ ਹੋ ਗਏ ਨੇ, ਜੇ ਤੁਸੀਂ ਚਾਹੋ ਅਸੀਂ ਔਰੰਗਜ਼ੇਬ ਦੇ ਨਾਲ ਆਪ ਜੀ ਦੀ ਸੁਲਾਹ ਕਰਾ ਦਿੰਦੇ ਹਾਂ ਅਤੇ ਆਪਣੀ ਸਿੱਖੀ ਨੂੰ ਕੋਈ ਖਤਰਾ ਨਹੀਂ ਹੋਵੇਗਾ। ਅਤੇ ਗੁਰੂ ਮਹਾਰਾਜ ਜੀ ਜੋਸ਼ ਵਿੱਚ ਆਏ, ਐ ਸਿੱਖੋ ਤੁਸੀਂ ਆਇਓ ਮੈਨੂੰ ਭੁੱਲਿਆ ਜਾਣ ਕੇ ਮੈਨੂੰ ਸਮਝਾਉਣ ਲਈ, ਉਦੋਂ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਗਿਆ ਸੀ, ਉਦੋਂ ਕਿੱਥੇ ਸੀ ਜਦੋਂ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਕੱਟਿਆ ਗਿਆ ਸੀ, ਉਦੋਂ ਕਿੱਥੇ ਸੀ ਜਦੋਂ ਸਰਹੰਦ ਦੇ ਵਿੱਚ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਿਆ ਗਿਆ ਸੀ, ਉਦੋਂ ਕਿੱਥੇ ਸੀ ਜਦ ਚਮਕੌਰ ਦਾ ਜੰਗ ਹੋ ਰਿਹਾ ਸੀਗਾ। ਗੁਰੂ ਮਹਾਰਾਜ ਜੀ ਨੇ ਸੱਚੀਆਂ ਸੁਣ ਕੇ ਇਹ ਤੰਨੇ ਮੁਝਾਣੇ ਹੋ ਗਏ। ਇਹ ਮਹਾਂ ਸਿੰਘ ਕਹਿਣ ਲੱਗਾ ਆਏ ਸੀ ਗੁਰੂ ਮਹਾਰਾਜ ਤੋਂ ਮਾਫ਼ੀ ਲੈਣ ਵਾਸਤੇ, ਪਰ ਇਹਨਾਂ ਨੇ ਸਾਡਾ ਵੀ ਕੰਮ ਵਿਗਾੜ ਦਿੱਤਾ ਹੈ। ਗੁਰੂ ਮਹਾਰਾਜ ਜੀ ਜੋ ਇਹਨਾਂ ਸਿੰਘਾਂ ਨੂੰ ਕਹਿੰਦੇ ਨੇ ਆਪਣੇ ਪਿਆਰ ਵਿੱਚ ਕੁਰਬਾਨੀ।
ਜਦੋਂ ਇਹ ਕਹਿ ਕੇ ਅੱਗੇ ਨੂੰ ਜਾਣ ਲੱਗੇ ਤੇ ਮਹਾ ਸਿੰਘ ਵੇਖ ਰਿਹਾ ਹੈ ਕਿ ਮੈਂ ਹੁਣ ਕੀ ਕਰ ਸਕਦੇ ਹਾਂ। ਸਾਥੀਆਂ ਦੇ ਨਾਲ ਸਲਾਹ ਕੀਤੀ ਹੈ, ਉਹਨਾਂ ਨੂੰ ਆਖਿਆ, ਆਏ ਸੀ ਆਪਾਂ ਮਾਫ਼ੀ ਮੰਗਣ ਵਾਸਤੇ, ਪਰ ਇਹਨਾਂ ਨੇ ਸਾਡਾ ਵੀ ਕੰਮ ਖਰਾਬ ਕਰ ਦਿੱਤਾ। ਮਹਾ ਸਿੰਘ ਨੇ ਮੜੀ ਲਲਕਾਰ ਕੇ ਆਪਣੇ ਸਾਥੀਆਂ ਨੂੰ ਮੰਗਾ ਰਿਹਾ। ਉਹਨਾਂ ਨੇ ਆਖਿਆ, ਤਨ ਮਨ ਧਨ ਜੋ ਵਾਰ ਦੇ ਰੱਖ ਦੇਸ਼ ਨਿਸ਼ਾਨੇ, ਜਾਮ ਸ਼ਹਾਦਤ ਪੀਣ ਦੇ ਜੋ ਭਰ ਪਰਮਾਨੇ, ਮਰਦੇ ਜੋ ਉਪਕਾਰ ਲਈ ਯੋਧੇ ਮਰਦਾਨੇ, ਦੁਨੀਆਂ ਪੜ੍ਹਦੀ ਉਹਨਾਂ ਦੀ ਘਰ ਘਰ ਫਸਾਨੇ, ਦਾਤੇ ਭਗਤ ਤੇ ਸੂਰਮੇ ਨੀਤੀ ਵਿੱਚ ਦਾਨੇ, ਸਦਾ ਜਿਉਂਦੇ ਦਿਲਵਰਾ ਕੌਮੀ ਪਰਵਾਨੇ, ਉਹੀ ਜਿਉਂਦੇ ਹਨ, ਨਹੀਂ ਤੇ ਆਪਣੀ ਮੌਤ ਤੇ ਹੋ ਹੀ ਚੁੱਕੀ ਹੈ, ਅਸੀਂ ਨਾ ਉਧਰਲੇ ਪਾਸੇ ਨਾ ਉਧਰਲੇ ਪਾਸੇ ਹਾਂ। ਆਓ, ਉਸਨੇ ਲੀਕ ਖਿੱਚੀ ਹੈ, ਲੀਕ ਖਿੱਚ ਕੇ ਆਖਿਆ, ਜਿਹਨਾਂ ਨੇ ਆਪਣੇ ਪਿਓ